ਦੀ ਸੀ ਬਸ ਕੋਈ ਮਜਬੂਰੀਆਂ ਸਨ ਕੋਈ ਕੰਮ ਸਨ ਜਿਹਦੀ ਵਜ੍ਹਾ ਤੋਂ ਮਸਰੂਫ ਸਾਂ ਮੈਂ ਤੇ ਸੋਸ਼ਲ ਮੀਡੀਆ ਤੇ ਚੈਨਲਾਂ ਤੇ ਅੱਜ ਕੱਲ੍ਹ ਰੋਲਾ ਪਿਆ ਇਸਲਾਮਾਬਾਦ ਇਹ ਜਿਹੜਾ ਇਸਲਾਮਾਬਾਦ ਦੇ ਵਿੱਚ ਕਤਲ ਹੋਈ ਲੜਕੀ ਸਫੀਰ ਦੀ ਨੂਰ ਮੁਕੱਦਮ ਤੇ ਉਹਨੂੰ ਕਤਲ ਕਰਨ ਵਾਲਾ ਜਿਹੜਾ ਆਹਰ ਜਾਫਰ ਇੰਨਾ ਰੌਲਾ ਇਹਨਾਂ ਨੇ ਪਾਇਆ ਇੰਨਾ ਰੌਲਾ ਪਾਇਆ ਉਸ ਕਤਲ ਦਾ ਕਿ ਉਸ ਬੰਦੇ ਦੀ ਤਫਤੀਸ਼ ਕੀ ਕਰਨੀ ਹੈ ਜਦੋਂ ਸਾਬਤ ਹੋ ਗਿਆ ਇਸ ਬੰਦੇ ਨੇ ਕਤਲ ਕੀਤਾ ਇਹਨੂੰ ਸਜ਼ਾਏ ਮੌਤ ਦਿਓ ਇਹਦਾ ਕੇਸ ਕੀ ਚਲਾਉਣਾ ਹੁਣ ਅੱਜ ਕੱਲ੍ਹ ਮੈਂ ਸੁਣ ਰਿਹਾ ਗੱਲਾਂ ਕਿ ਜੀ ਉਹਦਾ ਦਿਮਾਗ ਜਿਹੜਾ ਦਿਮਾਗੀ ਦਿਮਾਗ ਨਹੀਂ ਸਹੀ ਉਹ ਮੈਂਟਲ ਹੈ ਉਹ ਇਸ ਤਰ੍ਹਾਂ ਇਹ ਖੁਦਾ ਦਾ ਕੋਈ ਖੌਫ ਕਰੋ ਜਦੋਂ ਇਹੋ ਜਿਹਾ ਕੰਮ ਹੋ ਜਾਂਦਾ ਤਾਂ ਉਹਦਾ ਮਾਂ ਬਾਪ ਇਹ ਕਹਿੰਦਾ ਉਸ ਤੋਂ ਪਹਿਲੇ ਉਹ ਜਿਹੜੇ ਮੁਜਰੇ ਸੁਣਦਾ ਰਿਹਾ ਅਤੇ ਸ਼ਰਾਬਾਂ ਪੀਂਦਾ ਰਿਹਾ ਅਤੇ ਲੜਕੀਆਂ ਨਾਲ ਜ਼ਿਆਦਤੀਆਂ ਕਰਦਾ ਰਿਹਾ ਉਦੋਂ ਦਿਮਾਗ ਉਹਦਾ ਦਰੁਸਤ ਨਹੀਂ ਸੀ ਹੁਣ ਉਹਦੇ ਕਤਲ ਕੀਤਾ ਅਤੇ ਉਹਦਾ ਦਿਮਾਗ ਖਰਾਬ ਹੋ ਗਿਆ ਉਹ ਮੈਂਟਲ ਹੈ ਜੀ ਉਹ ਇਸ ਤਰ੍ਹਾਂ ਹੈ ਜੀ ਮੇਰੀ ਗੱਲ ਸੁਣੋ ਐਸੇ ਬੰਦੇ ਨੂੰ ਫੌਰੀ ਤੌਰ 'ਤੇ ਸਜ਼ਾ ਦੇਣੀ ਚਾਹੀਦੀ ਹੈ ਇਹਨੂੰ ਸਜ਼ਾਏ ਮੌਤ ਦਿਓ ਇਸਲਾਮਾਬਾਦ ਦੇ ਚੌਂਕ ਦੇ ਵਿੱਚ ਕਰੇਨ ਦੇ ਉੱਤੇ ਇਹਨੂੰ ਇਹਨੂੰ ਫਾਂਸੀ ਲਾਇਆ ਜਾਵੇ ਔਰ ਇੱਥੇ 2 ਦਿਨ ਇਹਦੀ ਲਾਸ਼ ਲੜਕਦੀ ਰਹੇ ਲੋਕਾਂ ਨੂੰ ਇਬਰਤ ਦਾ ਨਿਸ਼ਾਨ ਬਣੇ ਇਹ ਕੋਈ ਗੱਲ ਨਹੀਂ ਹੈਗੀ ਇੱਧਰੋਂ ਕੇਸ ਹੁੰਦਾ ਸਾਰੇ ਚੈਨਲ ਇੰਝ ਬੋਲਦੇ ਨੇ ਇਸ ਤਰ੍ਹਾਂ ਬੋਲਦੇ ਨੇ ਮੁੜ ਕੇ ਠੱਪ ਹੋ ਜਾਂਦੇ ਨੇ ਇਹ ਕੀ ਵਜ੍ਹਾ ਹੈਗੀ ਜਦੋਂ ਤੁਸੀਂ ਇੱਕ ਕੇਸ ਦੇ ਪਿੱਛੇ ਪਏ ਹੋ ਜੀ ਇਹ ਬੱਚੀ ਨੂੰ ਨਜਾਇਜ਼ ਕਤਲ ਕੀਤਾ ਚਲੋ ਠੀਕ ਹੈ ਉਹ ਬੱਚੀ ਦਾ ਫੇਲ ਸੀ ਉਹ ਬਾਹਰ ਆਉਂਦੀ ਸੀ ਅੱਜ ਆਉਂਦੀ ਸੀ ਇਹਦੇ ਵਿੱਚ ਮਾਂ ਬਾਪ ਦਾ ਕਰੈਕਟਰ ਵੀ ਹੈ ਮਾਂ ਬਾਪ ਦਾ ਕੰਮ ਹੈ ਆਪਣੀਆਂ ਧੀਆਂ ਨੂੰ ਜਦੋਂ ਕਿਤੇ ਜਾਵੇ ਬੇਟੀ ਤਾਂ ਉਹਦੇ ਨਾਲ ਜਾਣ ਆਪਣੀ ਸਹੇਲੀ ਦੇ ਘਰ ਜਾਣਾ ਉਹਦੇ ਨਾਲ ਜਾਣ ਨਾਲ ਜਾ ਕੇ ਉਹਨੂੰ ਉੱਥੇ ਰੋਟੀ ਰੋਟੀ ਖਾ ਕੇ ਬਹਿ ਧੋ ਕੇ ਆ ਜਾਣ ਵਾਪਸ ਜਿਹੜੀਆਂ ਬੱਚੀਆਂ ਲੋਕਾਂ ਦੀਆਂ ਘਰਾਂ 'ਚ ਰਾਤ ਨੂੰ ਬਾਹਰ ਰਹਿੰਦੀਆਂ ਨਾ ਉਹਨਾਂ ਦੇ ਨਾਲ ਫਿਰ ਇਹੋ ਜਿਹੇ ਕੇਸ ਹੁੰਦੇ ਨੇ ਅਤੇ ਬਾਅਦ 'ਚ ਮਾਂ ਪਿਓ ਰੋਂਦਾ ਇਹਨਾਂ ਨੂੰ ਚਾਹੀਦਾ ਆਪਣੀਆਂ ਬੱਚੀਆਂ 'ਤੇ ਵੀ ਕੰਟਰੋਲ ਕਰਨਾ ਆਪਣੇ ਆਪ 'ਤੇ ਵੀ ਕੰਟਰੋਲ ਕਰੋ ਇਹ ਨਹੀਂ ਹੈਗਾ ਕਿ ਤੁਹਾਡੇ ਕੋਲ ਗੱਡੀ ਹੈ ਅਤੇ 4 ਪੈਸੇ ਨੇ ਅਤੇ ਤੁਹਾਨੂੰ ਨਸ਼ੇ 'ਚ ਤੁਹਾਨੂੰ ਇਹ ਨਹੀਂ ਪਤਾ ਤੁਹਾਡੀ ਕੀ ਧੀ ਕਿੱਥੇ ਵੇ ਤੁਹਾਡੀ ਬੀਵੀ ਕਿੱਥੇ ਵੇ ਕੰਮ ਸੇ ਕੰਮ ਕੋ ਖੁਦਾ ਦਾ ਖੌਫ ਕਰੋ ਅਸੀਂ ਮੁਸਲਮਾਨ ਹਾਂ ਅੱਲਾਹ ਦਾ ਫਰਮਾਨ ਵੀ ਹੈ ਕਿ ਬਾਲ ਬੱਚੇ ਨੂੰ ਸੋਨੇ ਦਾ ਨਵਾਲਾ ਦਿਓ ਪਰ ਵੇਖੋ ਉਹਨਾਂ ਨੂੰ ਦੂਸਰੀ ਨਿਗਾਹ ਦੇ ਨਾਲ ਬੰਦੇ ਦੀਆਂ ਪਿੱਛੇ ਵੀ ਅੱਖਾਂ ਹੋਣੀਆਂ ਚਾਹੀਦੀਆਂ ਇਹ ਮਾਂ ਬਾਪ ਦਾ ਕਰੈਕਟਰ ਹੈ ਮਾਂ ਬਾਪ ਦਾ ਇਹ ਕਰੈਕਟਰ ਨਹੀਂ ਕਿ ਜੰਮ ਕੇ ਵੱਡੀਆਂ ਕਰਕੇ ਅਤੇ ਮੁੜ ਕੇ ਜਿੱਥੇ ਮਰਜ਼ੀ ਜਾਣ ਅਤੇ ਜਿੱਥੇ ਮਰਜ਼ੀ ਆਉਣ ਬਲਕਿ ਕਿ ਇਹ ਵੇ ਕਿ ਬੱਚੀਆਂ ਜਵਾਨ ਉਹਨਾਂ ਦੀ ਸ਼ਾਦੀ ਕਰਨ ਬਸ ਸ਼ਾਦੀ ਕਰਕੇ ਆਪਣੇ ਘਰ ਭੇਜਣ ਘਰ ਜਾ ਕੇ ਆਪਣੇ ਖਾਮਦ ਨਾਲ ਜਿੱਥੇ ਮਰਜ਼ੀ ਜਾਣ ਹੁਣ ਉਹ ਮਿਰਜ਼ਾ ਸਮਾਨ ਦਾ ਕੇਸ ਸੀ ਇਸਲਾਮਾਬਾਦ ਦੇ ਵਿੱਚ ਮਿਰਜ਼ਾ ਸਮਾਨ ਜਿਹਨੇ ਇੱਕ ਫਲਾਈਟ ਲਿਆ ਸੀ ਉੱਥੇ ਕਿਰਾਏ 'ਤੇ ਅਤੇ ਉਹ ਰਸਤੇ ਉਹਦੇ ਦੋਸਤ ਯਾਰ ਜਿਹੜੇ ਨਾ ਇਸ ਤਰ੍ਹਾਂ ਹੀ ਫਿਰਦੇ ਹੁੰਦੇ ਸਨ ਅਤੇ ਕੋਈ ਬੰਦਾ ਕੋਈ ਜੋੜਾ ਕੋਈ ਉਹਨਾਂ ਨੇ ਹੋਟਲ ਲੱਭਣਾ ਕੋਈ ਹੋਟਲ ਕੋਈ ਸਸਤਾ ਲੱਭ ਜੇ ਅਤੇ ਇਹ ਟੱਕਰ ਜਾਂਦੇ ਸਨ ਕਿ ਸਾਡੇ ਕੋਲ ਫਲੈਟ ਹੈਗਾ ਅਸੀਂ ਫਲੈਟ ਕਿਰਾਏ 'ਤੇ ਦਿੰਦੇ ਹਾਂ 2 ਦਿਨ ਰਹੋ 4 ਦਿਨ ਰਹੋ 5 ਦਿਨ ਰਹੋ ਉਹ ਇਹਨਾਂ ਦੇ ਧੋਖੇ 'ਚ ਆ ਕੇ ਫਲੈਟ ਚਲੇ ਜਾਂਦੇ ਸਨ ਮੀਆਂ ਬੀਵੀ ਉੱਥੇ ਇਹਨਾਂ ਨੇ ਕੈਮਰੇ ਲਾਏ ਸਨ ਕੈਮਰੇ ਲਾ ਕੇ ਉਹਨਾਂ ਦੀ ਰਿਕਾਰਡਿੰਗ ਕਰਦੇ ਸਨ ਬਾਅਦ 'ਚ ਉਹਨਾਂ ਨੂੰ ਬਲੈਕਮੇਲ ਕਰਦੇ ਸਨ ਹੁਣ ਉਹ ਜਿਹੜਾ ਮਿਰਜ਼ੇ ਸਮਾਨ ਦਾ ਕੇਸ ਸੀ ਨਾ ਉਹ ਮੈਂ ਵੇਖਿਆ ਸੋਸ਼ਲ ਮੀਡੀਆ 'ਤੇ ਵੀ ਚੈਨਲਾਂ 'ਤੇ ਵੀ ਵੇਖਿਆ ਮੈਨੂੰ ਇੱਕ ਗੱਲ ਦੱਸੋ ਤੁਸੀਂ ਕਿ ਜਦੋਂ ਇੱਕ ਬੱਚੀ ਨੂੰ ਉਹਨੇ ਬੇਆਬਰੂ ਕੀਤਾ ਉਹਨਾਂ ਨੂੰ ਬੇਇੱਜ਼ਤ ਕੀਤਾ ਉਹਨਾਂ ਨੂੰ ਜ਼ਲੀਲ ਕੀਤਾ ਪਰ ਤੁਸੀਂ ਵੀ ਕੋਈ ਛੋਟੀ ਜਿਹੀ ਸ਼ਰਮ ਜਿਹਾ ਕਰੋ ਨਾ ਚੈਨਲਾਂ ਵਾਲੇ ਵੀ ਅਤੇ ਸੋਸ਼ਲ ਮੀਡੀਆ ਵਾਲੇ ਵੀ ਉਹਦੇ ਬੱਚੀ ਦੇ ਕੱਪੜੇ ਉਤਾਰਦਾ ਪਿਆ ਕੱਪੜੇ ਉਤਾਰਦਾ ਤੁਸੀਂ ਵਾਰ ਵਾਰ ਵਹਾਉਂਦੇ ਹੋ ਵਾਰ ਵਾਰ ਵਹਾਉਂਦੇ ਹੋ ਉਸ ਬੱਚੀ ਨੂੰ ਜ਼ਲੀਲ ਕਰਦੇ ਪਏ ਹੋ ਤੁਸੀਂ ਲੱਖ ਦੀ ਲਾਹਨਤ ਤੁਹਾਡੇ ਦੇ ਉੱਤੇ ਕਮ ਸੇ ਕਮ ਕਿਸੇ ਦੀ ਬੱਚੀ ਨੂੰ ਤੁਸੀਂ ਵਾਰ ਵਾਰ ਕਿਸ ਗੱਲੋਂ ਵਹਾਉਂਦੇ ਹੋ ਬਈ ਐ ਜੀ ਐਂਜੋ ਐ ਜੀ ਉਹ ਸ਼ਰਟ ਉਹਦੀ ਉਤਾਰ ਰਿਹਾ ਸਾਰਾ ਜਿਸਮ ਉਹਦਾ ਨੰਗਾ ਨਜ਼ਰ ਆ ਰਿਹਾ ਕਿ ਤੁਹਾਡੀਆਂ ਧੀਆਂ ਨਹੀਂ ਹੈਗੀਆਂ ਤੁਸੀਂ ਧੀਆਂ ਵਾਲੇ ਨਹੀਂ ਹੈਗੇ ਕਿ ਤੁਸੀਂ ਬਗੈਰਤ ਹੈਗੇ ਹੋ ਇਹ ਚੀਜ਼ਾਂ ਜਿਹੜੀਆਂ ਨਾ ਇਹ ਲੋਕਾਂ ਦੀਆਂ ਧੀਆਂ ਨੂੰ ਬੇਆਬਰੂ ਨਾ ਕਰੋ ਅੱਲਾਹ ਪਾਕ ਨੇ ਫਰਮਾਇਆ ਕਿ ਤੁਸੀਂ ਲੋਕਾਂ ਦਾ ਪਰਦਾ ਰੱਖੋ ਅਤੇ ਮੈਂ ਤੁਹਾਡਾ ਪਰਦਾ ਰੱਖਾਂਗਾ ਅਤੇ ਤੁਸੀਂ ਉਹਨਾਂ ਦਾ ਪਰਦਾ ਜਿਹੜਾ ਉਹ ਚੰਗਾ ਰੱਖਦੇ ਪਏ ਹੋ
जलील करते पे हो बार बार, ओदा जिसम हांदे हो बार बार, ओदा जिसम हांदे हो, कैसे लोग हो तुसी यार, ओदा जिसम हांदे की तलक है तुहाडा, मैनूं दसो, चैनां वाले दा, सोशल मीडिया वाले दा, ये तुहाडी धी तुहाडी भैण दा मैं वहावां जिसम ते तुहानूं पता लगे, इस तरह जिसम नहीं वहाना चाहिए। ठीक है, इन्ने बाहर दे मुल्खां च केस होंदे ने, इधर भी होंदे ने, दूसरे इलाकियां च भी होंदे ने, उन्होंने कभी इंज जिसम नहीं वहाए, तो फिर उन्होंने पुछते ने होया की सी, होया की सी, होया की सी, कुछ गल्लां अंडरग्राउंड भी होंदियां, कुछ गल्लां शामले तफ्तीश दे विच उन्होंने अंडरग्राउंड रखा जाता। तुसी अगले नू चैनल दे उत्ते, टीवी दे उत्ते, सीडी दे उत्ते, नैट दे उत्ते जलील खराक करके रख देंदे हो अगले नू, कि मूंह महान दे काबल ना रहे औरत, ये चीज़ा ना करो तुसी बिल्कुल। गल जड़ी है उन्हां दी अंडरग्राउंड जड़ी गल है उन्हूं अंडरग्राउंड रखो। वो समान मिर्जा जड़ा उन्हूं तुसी फांसी लाओ, उन्हें गलत काम किए, जोड़ियां दे नाल बुरा भला करता सी, मियाँ बीवी नूं मारदा सी, उन्हां दे कपड़े उतारदा सी, इस बंदे नूं एहो जी सजा दिओ, इहदी भी लाश उत्थे इस्लामाबाद चौंक दे विच लटकाओ, इस कुत्ते दी भी। एहो जे बंदे जड़े होंदे ने ना, इहदे नाल जड़े रले सन, उन्हां सारिआं नूं भी सजाए मौत दित्ती जावे, इन्हां दी माफ़ी कोई नहीं गी, असीं माफ़ी दिंदे आ, ते मुड़ के इहो जे जरैम पैदा होंदे ने, जरैम पेशा लोक पैदा होंदे ने, उन्हां पता है कि असीं जमानत करा लेनी है, असी छुट जाना, वो कहिंदा मेरे नाल बड़े बंदे ने, मैं भी मेरे नाल बह के इत्थे कीता, खुदा दा खौफ खाओ, ऐसे बंदियां दा तरीक चलाने का की मकसद है, केस चलाने का की मकसद है, केस बार बार तुसी अगले दियां धीआं भैणां नूं जलील करो, थाने आओ जी, तुहाडा इंटरव्यू लैना जी, दल जी पेश होवे, ऐस काम ना करो, ऐ काम ना करो, तुहाडियां भी धीआं भैणां ने, मुसलमान हो तुसी, इह काम करो कि उहनां दा लिखो सारा बयान लै के, बच्ची दा मुंडे दा जिस जिस दे नाल होया केस, उन्हां बच्चियां नूं बुला के, उन्हां लड़कियां नूं बुला के, उन्हां दा बयान लै के उन्हां नूं भेजो घर, ते इहनूं दो दिन रखो हवालात च, उस तों बाद इहनूं फांसी लाओ। केस कादे वास्ते चलांदे फिरदे हो अदालतां दे विच, किस वजह तों चलांदे हो मैनूं दस्सो, तमाशा लाउण वास्ते, अगले दी धी भैण दा तमाशा लाउण वास्ते केस चलांदे हो, इह केस बिल्कुल नहीं चलना चाहीदा। ये केस जिहड़े इहनां दे दो दिनां च तिन्नां दिनां च फैसले, इसे गल्लों मैं कहना हुंना कि फौजी अदालतां कायम होणियां चाहीदियां, फौजी अदालतां कायम होनी चाहीदियां, साडे जज भी सही नहीं, ठीक है, साडी पुलिस जिहड़ी है अद्धी सही है अद्धी सही नहीं गी, इत्थे फौज थाणियां 'च भी बहनी चाहीदी है, अदालतां 'च भी फौज हो, दो दिन बाद फैसला होवे, दो दिन बाद जदों फैसला होवेगा साडे मुल्क 'च अल्लाह दे फजल करम नाल कोई काम ही नहीं होएगा। हुण वेखो करप्शन किन्नी है, दो नंबर चीज़ां किन्नियां मिलदियां, साडा इलाका ते दुध ही दो नंबर मिलता है, हर चीज़ दो नंबर मिलती है, रेटां दा कोई समझ नहीं आती पई, की करदे पई है गौरमेंट, ये चीज़ां जड़ियां ना ये उदों ही सही होनियां जदों असी सही होवांगे, पुलिस सही होएगी, आवाम सही होएगी, दुकानदार सही होणगे, इन्हां नूं अल्लाह दा कोई खौफ नहीं है, इन्हां नूं सिर्फ कमाई करनी है, अस्पताल भरे पे ने बीमारियां दे नाल, किसे जगह ते अस्पताल चले जाओ बैड ते जगह नहीं गी, ये कहड़े लोग ने, ये ओही लोग ने लोकां दे दो नंबर काम करके कमाई करने वाले, फरूक अस्पताल चले जाओ दिहाड़ी दा लख रुपया, ये लख रुपया कौन देगा, जेडे शरीफ लोग ने जेडे हलाल की कमाई खाने वाले ने, वह तो नहीं लख रुपया रोज़ दे सकते, ये सब दो नंबर लोगों को अल्लाह ताला ने पढ़ने पाया, किसी नूं की हो गया, किसी नूं की हो गया, ये काम चंगे करन। एक दिन का वाकया इत्थे डिफेंस ए मोटर वाले है सन शोरूम वाले, उन्होंने कोल एक केस आया तो मैं भी उत्थे बैठा सा, वो बंदे ने कुरान चुक लिया जी कि मैं इन्हों का 25-30 लाख रुपया नहीं देना, उन्होंने कहा जी ठीक है जी तुसी कुरान चुक लिया तो असी तुहानू छड्या तुसी नहीं देना जाओ जी, वह दो तीन दिन बाद उन्हें हार्ट अटैक होया, वो तो कोई 25-15 लाख रुपया लगा, वो पता लोगों की कहे पिया, देखिया ना अगर मैं पैसे दे दिंदा तो यह मैं पैसे कितों लादा, वो अल्लाह दे बंदे अगर तू सच बोलता कुरान ना चुकता तेरे ते पैसा लगना ही कोई नहीं सी। वेखो उल्ट जेन ने लोगों के दिमाग खराब ने लोगों के, कैसी उन्हें गल की है कि जे मैं पैसे दे दिता तो मैं अपने पैसे किस तरह लादा, वो अल्लाह दे बंदे तेरे ते पैसा लगना ही कोई नहीं सी, तू कुरान नू चुकया, कुरान नू चुकना कोई मजाक समझे तुसी लोकां ने, यार असी कुरान पाक पढ़ने हां सुबह उन्हें 10 वारी चुमने हां
चुम के बिस्मिल्ला 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 मैं करना कुरान पाक चुम के, एना मैं मुहब्बत करना कुरान पाक दे नाल। हजूर पाक सल्लल्लाहु अलैहि वसल्लम दा जिथे ना आए उथे मैं मूँह चुमन लग पैना। यार साडा ते सारा दीन सारा सिस्टम ही हजूर पाक सल्लल्लाहु अलैहि वसल्लम नाले कुरान पाक नाले अल्लाह पाक नाले ये जिन्ने अल्लाह दे नेक बंदे ने इन्हां नाले इन्हां नूं असीं मन्ने भी हैं, इन्हां नाल प्यार भी करने हैं, इन्हां दा जिक्र भी करने हैं। ते ये जिहड़ियां ने ना दालतां ये फौजी दालतां होनियां चाहीदियां, उत्थे दो दिन च फैसला होना चाहीदा। ये लोकां दीआं धीआं भैणां नूं जलील करके उछाल 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 के किसे जोगा नहीं छड्डदे। ये कादा कानून है, कादे मुसलमान हो तुसीं मैनूं दसो ते सही, किस चीज़ के मुसलमान हो तुसीं? तुहाडे च मुसलमान वाला कोई कम है? अगले की धी हो कपड़े लाण दिया तो तुसीं बार बार वहाई जाते हो, बार बार वहाई जाते हो, कोई शर्म करो, कोई हया करो। कोई वो एक सुनियारे दे कोल गई, एक औरत बाल बच्चेदार, उस सुनियारे दे नाल उहदी हो गई सैटिंग, ठीक है। उन्हें ना घर दसिया ना गल ना बात, वह सुनियारे दे नाल जाके ते उहदे घर चले गई, उहदे घर चले गई। पहले दिन ही गई उहदे घर, उहदे नाल कोई गलबात हुई, उहने उहदी गिच्ची मरोड़ के तुहानूं मार दिता। वो तुसीं अपने घरों निकलन लगे, सोचो अपने घर नूं अपनी जन्नत नूं अपने बच्चियां नूं छड्ड के तुसीं लोकां दे मगर जाके जलील होंदियां हो ते तुहाडा की काम है लोकां दे मगर जाण दा? अल्लाह कोलों डरो, अपने खामन नाल प्यार करो, अपने घर नाल प्यार करो, अपने बच्चियां नाल प्यार करो। किसे बंदे दे नाल किसे दा कोई औरत दा तलक नहीं होंदा सवाए अपने खामन तो, सवाए अपने माँ बाप तो, होर अपनी औलाद तो किसे नाल कोई तलक नहीं। मैं यह गल्लां करना गुस्से दे विच, मैनू फिर गुस्सा चढ़ जांदा, इस लई गुस्सा चढ़ जांदा कि लोकी करदे की फिरदे ने। यार असीं मुसलमान हाँ, मेरी भी उम्र 60 साल हो गई है, मैं भी इत्थे जिंदगी गुजारी है, असी तो कभी किसी जलील करन की कोशिश नहीं की, असी तो कभी झूठ बोलन की कोशिश नहीं की, असी तो कभी किसी लुटिया नहीं, असी तो मुनाफकत नहीं की, पैसे पिछे नहीं मैं नसया। अल्लाह पाक रोटी देंदा, खा पी के सो जाइदा, सुबह नमाज पढ़ी दी है, अल्लाह का शुक्र है नमाज के टाइम तो उठी जा मस्जिद च जान देना जाके, ये रब की करम नवाजी है। तो जे मैं सारा दिहाड़ी नसा भजा फराड़ के पिछे तो मैं नमाज कितों पढ़ागा? ये अल्लाह की खास करम नवाजी कि अल्लाह पाक ने मैं सजदा करन दी तौफीक दिती है। तो मेरे दोस्तों मेरे भराओ, मैं जिहड़ियां गल्लां करना ना मैं करना सच्चियां गल्लां, क्योंकि मैं वा सच्चा बंदा। मेरा चैनल है पंजाबी सब रंग टीवी, ये सच्चा चैनल है, ये मैं झूठी गल नहीं करता, मैं किसी को पैसे नहीं लैंदा, मैं किसी को पैसे लैके उहदी तारीफ नहीं बयान करता, बिल्कुल मैं गल्लां करना जैनवन ते सच्चियां गल्लां करना। तो मेरे दोस्तों इंशाअल्लाह ताला अगले प्रोग्राम में तुहाडे नाल मुलाकात होएगी। महमूद खान तुहाडा मेज़बान, अस्सलामु अलैकुम व रहमतुल्लाहि व बरकातुहू।